ਅਵਾਰਾ ਪਸ਼ੂ ਸਿਰਫ ਸੂਬੇ ਲਈ ਹੀ ਨਹੀਂ ਸਗੋਂ ਕੇਂਦਰ ਲਈ ਵੀ ਇੱਕ ਵੱਡੀ ਸਮੱਸਿਆ ਬਣਦੇ ਜਾ ਰਹੇ ਨੇ। ਆਏ ਦਿਨ ਅਵਾਰਾ ਪਸ਼ੂਆਂ ਦੇ ਨਾਲ ਕਿੰਨੇ ਹੀ ਹਾਦਸੇ ਵਾਪਰਦੇ ਜਾ ਰਹੇ ਨੇ ਅਤੇ ਕਈ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਨੇ। ਸਰਕਾਰ ਲੋਕਾਂ ਤੋਂ ਗਊ ਸੈਸ ਦੇ ਨਾਂ 'ਤੇ ਟੈਕਸ ਵੀ ਵਸੂਲਦੀ ਹੈ, ਪਰ ਇਹਨਾਂ ਅਵਾਰਾ ਪਸ਼ੂਆਂ ਦੀ ਸੰਭਾਲ ਕਰਨ ਦੀ ਬਜਾਏ ਇਹਨਾਂ ਨੂੰ ਕੋਈ ਰਾਹ ਜਦੋਂ ਨਹੀਂ ਮਿਲਦਾ ਤਾਂ ਸੜਕਾਂ 'ਤੇ ਆਪਣਾ ਡੇਰਾ ਜਮਾ ਲੈਂਦੇ ਨੇ। ਤਸਵੀਰਾਂ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀਆਂ ਨੇ ਜਿੱਥੇ ਨੈਸ਼ਨਲ ਹਾਈਵੇ 'ਤੇ ਹੀ ਗਊਆਂ ਨੇ ਆਪਣਾ ਡੇਰਾ ਲਾਇਆ ਹੋਇਆ। ਦਿਨ ਦੀ ਰੋਸ਼ਨੀ 'ਚ ਲੋਕ ਇੱਥੋਂ ਨਿਕਲ ਜਾਂਦੇ ਨੇ, ਪਰ ਰਾਤ ਦੇ ਹਨੇਰੇ ਵਿੱਚ ਇੱਥੋਂ ਨਿਕਲਣਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਕਿਸੇ ਵੇਲੇ ਵੀ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਇੱਥੇ ਹੀ ਪਹੁੰਚੇ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਗਊਆਂ ਨੂੰ ਜਦੋਂ ਵੇਖਿਆ ਤਾਂ ਇਸ ਬਾਰੇ ਇੱਕ ਵੀਡੀਓ ਸਾਂਝੀ ਕੀਤੀ ਹੈ, ਤੁਸੀਂ ਵੀ ਵੇਖੋ ਇਹ ਵੀਡੀਓ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਵਿਨਰਜੀਤ। ਅੱਜ ਮੈਂ ਮੱਧ ਪ੍ਰਦੇਸ਼ ਦੇ ਵਿੱਚ ਹਾਂ। ਮੈਂ ਕੱਲ੍ਹ ਹੀ ਇੱਥੇ ਆਇਆ, ਮੱਧ ਅੱਜ ਵਾਪਸੀ ਆ ਪੰਜਾਬ ਵੱਲੋਂ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ, ਭੋਪਾਲ ਤੋਂ ਇਹ ਰੋਡ ਹੈ ਜਿਹੜੀ ਬੀਨਾ ਅਤੇ ਗੂਨਾ ਨੂੰ ਜਾਂਦੀਆਂ ਸੜਕਾਂ ਜਿਹੜੀਆਂ, ਉਸ ਹਾਈਵੇ ਨੈਸ਼ਨਲ ਹਾਈਵੇ ਦੇ ਉੱਪਰ ਆ ਮੈਂ, ਕਿਉਂਕਿ ਮੇਜਰ ਰੋਡਸ ਨੇ ਇਹ ਜਿਹੜੀਆਂ ਮੱਧ ਪ੍ਰਦੇਸ਼ ਦੀਆਂ। ਅੱਜ ਇਹਨਾਂ ਸੜਕਾਂ 'ਤੇ ਜੇ ਤੁਸੀਂ ਦੇਖੋ ਤਾਂ ਸਾਡੀ ਗਊ ਮਾਤਾ, ਕਿਉਂਕਿ ਇਹਨਾਂ ਨੂੰ ਮੈਂ ਅਵਾਰਾ ਜਾਨਵਰ ਸਾਡੇ ਆਮ ਅਕਸਰ ਵਰਤਿਆ ਜਾਂਦਾ ਕਿ ਅਵਾਰਾ ਪਸ਼ੂ ਨੂੰ ਮੈਂ ਅਵਾਰਾ ਨਹੀਂ ਕਹੂੰਗਾ, ਕਿਉਂਕਿ ਇਹਨਾਂ 'ਚ ਇਹਨਾਂ ਦਾ ਕਸੂਰ ਨੇ, ਕਸੂਰ ਸਾਡੇ ਨੇ ਜਿਹੜੇ ਸਾਡੇ ਰਾਜਨੀਤਿਕ ਜਾਂ ਸਾਡੇ ਹੋਰ ਸਮਾਜਿਕ ਜਾਂ ਜਿਹੜੇ ਵੀ ਨੇ। ਕਿਉਂਕਿ ਤੁਸੀਂ ਦੇਖੋ ਇਹ ਜਿਹੜੀਆਂ ਗਾਵਾਂ ਨੇ ਇਹ ਇੱਥੇ ਬੈਠੀਆਂ ਰਹਿੰਦੀਆਂ ਨੇ, ਮੈਂ ਕੱਲ੍ਹ ਰਾਤ ਵੀ ਦੇਖਿਆ, ਇਹ ਰੋਜ਼ ਦੀ ਪ੍ਰੈਕਟਿਸ ਹੈ। ਤੁਸੀਂ ਦੇਖੋਗੇ ਕਿ ਲੋਕ ਜਿਹੜੇ ਲੰਘ ਰਹੇ ਨੇ ਸਾਈਡਾਂ ਤੋਂ, ਗੱਡੀਆਂ ਮੋਟਰਸਾਈਕਲ ਸਕੂਟਰ ਨੇ ਜਿਹੜੇ, ਇਹ ਅਕਸਰ ਹੀ ਕੱਚੇ ਵਿਧੀ ਲੰਘਦੇ ਨੇ, ਵੱਡੇ ਵੱਡੇ ਟਰੱਕ ਇਹਨਾਂ ਹਾਈਵੇ ਤੋਂ ਲੰਘਦੇ ਨੇ, ਉਹਨਾਂ ਦੀ ਵੀ ਕੱਚੇ ਵਿਧੀ ਜਾਣ, ਅਤੇ ਗਾਵਾਂ ਨੇ ਜਿਹੜਾ ਉਹ ਇੱਥੇ ਇਸੇ ਰੋਡ ਦੇ ਉੱਪਰ ਬੈਠਣਾ। ਸੋ ਇਹ ਜਿਹੜਾ ਅਸੀਂ ਦੇਖ ਸਕਦੇ ਹਾਂ, ਅੱਜ ਦੇਸ਼ ਨੂੰ ਅਸੀਂ ਕਹਿੰਦੇ ਕਿ ਅਮੈਰੀਕਾ, ਕੈਨੇਡਾ, ਹੋਰ ਬਹੁਤ ਮੁਲਕਾਂ ਦੇ ਬਰਾਬਰ ਲੈ ਕੇ ਜਾਣਾ, ਪਰੰਤੂ ਜਿਹੜੀਆਂ ਬੇਸਿਕ ਚੀਜ਼ਾਂ ਨੇ, ਇਹ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਹਾਦਸੇ, ਵੱਡੇ ਵੱਡੇ ਹਾਦਸੇ ਹੋਣ ਦਾ ਖਤਰਾ, ਜਿੱਥੇ ਇਹਨਾਂ ਲਈ, ਇਹ ਜਿਹੜੇ ਬੇਜ਼ੁਬਾਨ ਜਾਨਵਰ ਨੇ ਇਹਨਾਂ ਦੇ ਲਈ ਜਿੱਥੇ ਖਤਰਾ, ਉੱਥੇ ਸਾਡਾ ਜਿਹੜਾ ਕੋਈ ਵਿਚਾਰਾ ਸਕੂਟਰ ਮੋੜ ਸਕਦਾ ਜਾਂ ਨਵਾਂ ਇਸ ਏਰੀਏ ਦੇ ਵਿੱਚੋਂ ਸੜਕ ਤੋਂ ਲੰਘੂਗਾ, ਉਹਨਾਂ ਲਈ ਵੀ ਖਤਰਾ। ਇਹ ਗਾਵਾਂ ਹੀ ਬੜੇ ਸ਼ਾਂਤਮਈ ਤਰੀਕੇ ਨਾਲ ਹੀ ਬੈਠੀਆਂ ਰਹਿਣਗੀਆਂ, ਪਰੰਤੂ ਲੋਕ ਜਿਹੜੇ ਨੇ ਉਹਨਾਂ ਨੇ ਸਾਈਡਾਂ ਤੋਂ ਲੰਘ ਕੇ ਜਾਣਾ। ਦੇਖੋ ਸਾਰੇ ਜਿਹੜੀਆਂ ਜਿੰਨੀਆਂ ਵੀ ਤੁਸੀਂ, ਇਹ ਰੋਜ਼ ਦੀ ਪ੍ਰੈਕਟਿਸ ਹੈ ਲੋਕਾਂ ਦੀ ਜਿਹੜੇ ਇਹ ਚੀਜ਼ਾਂ ਨੂੰ ਦੇਖਦੇ ਨੇ। ਸੋ ਅੱਜ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਤੇ ਜਿਹੜੇ ਦੇਸ਼ ਦੇ ਹੋਰ ਲੀਡਰ ਸਾਹਿਬਾਨ ਨੇ ਜਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਜਿਹੜੀਆਂ ਇਸ ਚੀਜ਼ਾਂ ਦੇ ਵਿੱਚ ਹੈਗੀਆਂ ਨੇ, ਮੇਰੀ ਬੇਨਤੀ ਹੈ ਕਿ ਇਹ ਜਿਹੜੀ ਸੜਕਾਂ ਦੇ ਉੱਪਰ ਕਿਤੇ ਨਾ ਕਿਤੇ ਹਾਦਸਿਆਂ ਕਾਰਨ ਜਿਹੜੀਆਂ ਮੌਤਾਂ ਜਿਹੜੀਆਂ ਹੁੰਦੀਆਂ ਨੇ, ਚਾਹੇ ਉਹ ਬੇਜ਼ੁਬਾਨ ਇਹਨਾਂ ਜਾਨਵਰਾਂ ਦੀ ਹੈ, ਚਾਹੇ ਕਿਸੇ ਹੋਰ ਦੀ ਹੈ ਜਾਂ ਕਿਸੇ ਇਨਸਾਨ ਦੀ ਹੈ, ਇਹਨਾਂ ਨੂੰ ਬਚਾਈਏ। ਇਹ ਬੜਾ ਜ਼ਰੂਰੀ ਕਦਮ ਹੈ, ਇਕੱਲਾ ਸਾਡਾ ਇਹ ਨਹੀਂ ਕਹਿ, ਪੂਰੇ ਮੁਲਕ ਦੇ ਵਿੱਚ ਦੇਖੋ ਅਸੀਂ ਕਿੱਥੇ ਜਾ ਰਹੇ ਹਾਂ, ਅੱਜ ਦੇਸ਼ ਕਿੱਥੇ ਜਾ ਰਿਹਾ, ਪਰੰਤੂ ਇਹ ਚੀਜ਼ਾਂ ਨੈਸ਼ਨਲ ਹਾਈਵੇ ਦੇ ਉੱਪਰ, ਇਹ ਜਿਹੜਾ ਇਹ ਆਮ ਅਕਸਰ ਇਹ ਮੰਜ਼ਰ ਤੁਹਾਨੂੰ ਇਹ ਸਾਰੀਆਂ ਸੜਕਾਂ ਦੇ ਉੱਪਰ ਤੁਹਾਨੂੰ ਅਕਸਰ ਹੀ ਦੇਖਣ ਨੂੰ ਮਿਲੂਗਾ। ਹਰ 5-4 ਕਿਲੋਮੀਟਰ ਬਾਅਦ ਇਹੋ ਜਿਹਾ ਤੁਹਾਨੂੰ ਜਿਹੜਾ ਇਹ ਗਾਵਾਂ ਜਿਹੜੀਆਂ ਨੇ ਇੱਥੇ ਬੈਠੀਆਂ ਦਿਖਾਈ ਦੇਣਗੀਆਂ। ਸੋ ਮੇਰੀ ਬੇਨਤੀ ਹੈ ਕਿਤੇ ਧਿਆਨ ਦਈਏ, ਇਹਨਾਂ ਦਾ ਕੋਈ ਹੱਲ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਡੇ ਵੱਡੇ ਹਾਦਸੇ ਨੇ ਉਹਨਾਂ ਤੋਂ ਬਚਿਆ ਜਾ ਸਕੇ। ਤੁਸੀਂ ਦੇਖੋ ਕਾਰਾਂ ਜਿਹੜੀਆਂ ਨੇ, ਮੈਂ ਕਹੂੰਗਾ ਮੇਰੇ ਵੀਰ ਨੂੰ ਕਿ ਕਾਰਾਂ ਬੱਸਾਂ ਦੇ ਸਾਰਿਆਂ ਨੇ ਥੱਲੋਂ ਹੋ ਕੇ ਸਾਰਿਆਂ ਨੇ, ਕਿਸੇ ਨੇ ਕਿਤੇ ਉਹ ਨਹੀਂ ਆ, ਇਹ ਪੂਰੀ ਰਾਤ ਹੀ ਐਵੇਂ ਚੱਲਦਾ, ਸਾਰੀ ਰਾਤ ਦਿਨ ਰਾਤ ਆਹੀ ਕੁਛ ਚੱਲਦਾ। ਸੋ ਮੇਰੀ ਬੇਨਤੀ ਆ, ਉਹ ਇਕੱਠੇ ਹੋ ਕੇ ਹਮਲਾ ਮਾਰੀਏ ਅਤੇ ਬਚਾਈਏ। ਬਹੁਤ ਧੰਨਵਾਦ। ਇਸ ਵੀਡੀਓ ਤੋਂ ਬਾਅਦ ਸਾਫ਼ ਹੈ ਕਿ ਮੁਸ਼ਕਿਲ ਹਰ ਥਾਂ 'ਤੇ ਆਪਣੇ ਪੈਰ ਪਸਾਰੀ ਬੈਠੀ ਹੈ। ਲੋਕ ਟੈਕਸ ਵੀ ਦੇ ਰਹੇ ਨੇ ਪਰ ਫਿਰ ਵੀ ਉਹਨਾਂ ਦੀ ਜਾਨ ਸੁਰੱਖਿਅਤ ਨਹੀਂ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਦੇਸ਼ 'ਚ ਗਊ ਨੂੰ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਉੱਥੇ ਸੜਕਾਂ 'ਤੇ ਗਊਆਂ ਦੀ ਹਾਲਤ ਸਾਫ਼ ਤੌਰ 'ਤੇ ਦੱਸਦੇ ਕਿ ਮੰਤਰੀ ਸਿਰਫ ਗਊਆਂ ਦੇ ਨਾਂ 'ਤੇ ਵੋਟਾਂ ਮੰਗ ਸਕਦੇ ਨੇ ਅਤੇ ਇਸ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।